ਲੋਕੇਸ਼ਨ ਹੈ ਜੀ ਨੈਸ਼ਨਲ ਹਾਈਵੇ ਤੇ ਆ ਤੇ ਕਾਬਲਾ ਪਿੰਡ ਆਪਣਾ ਨੇੜੇ ਪੈਂਦਾ ਭਾਈਗਰ ਦਾ ਤੇ ਇੱਥੋਂ ਕਲੌਦੀ ਪੈ ਜਾਂਦੀ ਤੇ ਮੇਨ ਤਾਂ ਆਪਣਾ ਪਿੰਡ ਵਿਲੇਜ ਵੈਸੇ ਕਾਬਲਾ ਆਪਣੀ ਗੁੜ ਦੇ ਵਿੱਚ 100% ਪਿਓਰਟੀ ਕਹਿ ਸਕਦੇ ਹਾਂ ਆਪਾਂ ਜਿਵੇਂ ਆਪਣਾ ਗੁੜ ਦੇ ਵਿੱਚ ਮਤਲਬ ਕਿ 1 ਲੱਖ ਰੁਪਏ ਨਾਮ ਹੁੰਦਾ ਜੇਕਰ ਕੋਈ ਵੀ ਲੈਬੋਰਟਰੀ ਦੇ ਵਿੱਚ ਟੈਸਟ ਕਰਾ ਕੇ ਸਾਡੇ ਗੁੜ ਸੈਕਟਰ ਦੇ ਵਿੱਚ ਮਤਲਬ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਪ੍ਰੂਵ ਕਰਦੇ ਅਸੀਂ ਉਹਨੂੰ 1 ਲੱਖ ਰੁਪਏ ਇਨਾਮ ਦੇਵਾਂਗੇ ਤੇ ਗੁੜਿਆ ਸ਼ੱਕਰ ਦੀ ਬੁਕਿੰਗ ਕਰਾਉਣ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈਗਾ 9648460360। ਸਤਿ ਸ਼੍ਰੀ ਅਕਾਲ ਜੀ, ਅੱਜ ਆਏ ਹਾਂ ਅਸੀਂ ਪ੍ਰੀਤ ਕੁਲਾੜੀ ਤੇ ਅਤੇ ਇਹਨਾਂ ਦਾ ਗੁੜ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ। ਅਸੀਂ ਇਹਨਾਂ ਤੋਂ ਹੀ ਗੁੜ ਲੈ ਕੇ ਜਾਂਦੇ ਹਾਂ ਕਿਉਂਕਿ ਇਹਨਾਂ ਦਾ ਜਿਹੜਾ ਗੁੜ ਹੈ ਬਹੁਤ ਪਿਓਰ ਹੁੰਦਾ। ਇਹਨਾਂ ਦੀ ਲੋਕੇਸ਼ਨ ਹੈ ਜੀ NH ਹਾਈਵੇ ਪਟਿਆਲਾ ਸੰਗਰੂਰ ਰੋਡ ਨੀਅਰ ਬਾਈ ਗੁਰਦਾਸ ਕਾਲਜ। ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਗੁੜ ਕਿਵੇਂ ਅਤੇ ਸ਼ੱਕਰ ਕਿਵੇਂ ਬਣਾਏ ਜਾਂਦੇ ਨੇ। ਸਭ ਤੋਂ ਪਹਿਲਾਂ ਜਿਹੜਾ ਗੰਨੇ ਦਾ ਰਸ ਹੈ ਉਹਨੂੰ ਮਸ਼ੀਨ ਰਾਹੀਂ ਕੱਢਿਆ ਜਾਂਦਾ ਅਤੇ ਇਹਨੂੰ ਕੜਾਹੀਆਂ 'ਚ ਉਬਾਲਿਆ ਜਾਂਦਾ ਅਤੇ ਸ਼ੱਕਰ ਅਤੇ ਗੁੜ ਤਿਆਰ ਹੁੰਦੇ ਨੇ। ਫਿਰ ਦੇਖ ਲਓ ਜੀ ਤਾਜ਼ਾ ਗੰਨਾ, ਬਿਲਕੁਲ ਜਿਹੜਾ ਵੀ ਅਸੀਂ ਗੰਨਾ ਇੱਥੇ ਯੂਜ ਕਰਦੇ ਹਾਂ ਕਲਾੜੀ ਦੇ ਆਪਦੇ ਫਾਰਮ ਦੀ ਪਤਾ ਗੰਨਾ 20 ਏਕੜ ਗੰਨਾ ਲੱਗਿਆ ਹੋਇਆ ਹੈਗਾ। ਤਾਜ਼ੀ ਗੰਨਾ ਕੱਟਦੇ ਹਾਂਗੇ, ਤਾਜ਼ੇ ਦੀ ਗੁੜ ਬਣਦਾ ਹੈਗਾ। ਇਹਦੇ ਕੋਈ ਮਸਾਲਾ ਕੈਮੀਕਲ ਨਹੀਂ ਦੇਖ ਰਹੇ ਹੋਗੇ ਬਣਦਾ। ਇਹ ਗੁੜ ਪੱਥਰ ਹੀ ਹੈਗਾ, ਸਾਰੇ ਘਲਾੜਾਂ ਨੂੰ ਵੱਖਰਾ ਘਲਾੜਾ ਜੀ। ਇਹਦੇ ਭਾਂਡੇ ਨੇ ਜਿਹੜੇ ਚੱਕਮਾ ਕੜਾਹਾ, ਇਹ ਪੱਕਾ ਗੁੜ ਹੁੰਦਾ ਜੀ, ਇਹ ਖਰਾਬ ਨਹੀਂ ਹੁੰਦਾ ਗੁੜ, ਤੁਸੀਂ ਲੰਬਾ ਟਾਈਮ ਗੁੜਾ ਰੱਖ ਸਕਦੇ ਹੋ। ਜਿਹੜੇ ਆਮ ਲੋਕ ਘਲਾੜ ਲਾਏ ਉਹਨੂੰ ਤਵੀਆਂ 'ਤੇ ਗੁੜ ਬਣਦਾ ਗਾ ਅਤੇ ਉਹ ਤਵੀਆਂ 'ਤੇ ਮਿੱਠਾ ਕੱਚਾ ਲਾਉਣਾ ਪੈਂਦਾ ਜੀ, ਉਹਨਾਂ ਨੂੰ ਖਰਾਬ ਹੋ ਜਾਂਦਾ ਗਾ। ਅਤੇ ਇਹ ਚੱਕਮਾ ਕੜਾਹਾ ਜੀ, ਇੱਕ ਪੱਤ ਦਾ ਗੁੜ ਹੁੰਦਾ ਗਾ ਪੱਕਾ ਗੁੜ। ਇਹ ਗੁੜ ਬਹੁਤ ਵਧੀਆ ਖਾਣ 'ਚ, ਇਹਦਾ ਸਵਾਦ ਵੱਖਰਾ ਹੋਊਗਾ। ਚਾਹ ਪਾਣੀ ਪੜਦਾ ਨਹੀਂ, ਇਹਦਾ ਦੁੱਧ 'ਚ ਪਾ ਕੇ ਤੁਸੀਂ ਬਾਲੇ ਦੇ ਸਕਦੇ। ਭਿੰਡੀ ਉਹਦੀ ਸਪਲਾਈ ਹੁੰਦੀ ਆ ਜੀ, ਜੋ ਕਿ ਸਾਈਡ ਇਫੈਕਟ ਉਹਦਾ ਲੀਵਰ ਤੋਂ ਬਹੁਤ ਜ਼ਿਆਦਾ ਗਾ। ਅਸੀਂ ਉਹ ਵੀ ਪਾਉਂਦੇ, ਸਾਡੀ ਸਫਾਈ ਮਿੱਠੇ ਛੋਟੇ ਨਾਲ ਹੀ ਹੁੰਦੀ ਹੈ। ਹੋਰ ਕੋਈ ਮਸਾਲਾ ਕੈਮੀਕਲ ਨਹੀਂ ਅਸੀਂ ਯੂਜ਼ ਕਰਦੇ, ਨਾ ਖੰਡ ਪਾਈਏ ਜੀ। ਜੰਗਲੀ ਭਿੰਡੀ ਉਹ ਲੀਵਰ ਵਾਸਤੇ ਬਹੁਤ ਸਾਈਡ ਇਫੈਕਟ ਹੈ। ਦੇਖ ਸਕਦੇ ਹੋ ਆਪਣੇ ਚੀਜ਼ ਦਾ ਗੰਨੇ ਅਤੇ ਅਸੀਂ ਤਾਜ਼ੇ ਗੰਨੇ ਦੀ ਗੁੜ ਬਣਾਉਂਦੇ ਹਾਂ। ਮਤਲਬ ਇਸ ਤਰ੍ਹਾਂ ਨਹੀਂ ਹੈਗਾ ਕਿ ਇਕੱਠਾ 200 ਕੁਇੰਟਲ ਡਿਗਿਆ ਲਈਏ ਅਤੇ ਉਸ ਤੋਂ ਬਾਅਦ 'ਚ ਉਹਨੂੰ ਸੋਕਾ ਲੱਗੀ ਜਾਵੇ ਅਤੇ ਸੁੱਕੇ ਗੰਨੇ ਨਾਲ ਗੁੜ ਬਣਾਈਏ। ਅਸੀਂ ਆਪਦੇ ਖੇਤ ਦੇ ਤਾਜ਼ੇ ਗੰਨੇ ਵੱਢ ਕੇ ਉਹ ਵੀ ਗੁੜ ਬਣਾਉਂਦੇ ਹਾਂ। ਇਸ ਤਰ੍ਹਾਂ ਦੀ ਨਾਲ ਤਾਂ ਕੁਆਲਿਟੀ ਵੀ ਵਧੀਆ ਬਣਦੀ ਗੰਨੇ ਦੀ, ਮਤਲਬ ਤਾਜ਼ੇ ਗੰਨੇ ਨਾਲ ਗੁੜ ਵੀ ਬਹੁਤ ਵਧੀਆ। ਮਾੜੀ ਮੋਟੀ ਲੱਕੜ ਨਾਲ ਵੀ ਆਊਗੀ ਤਾਂ ਫਾਇਦਾ ਹੋਊਗਾ, ਜਿੰਨਾ ਦੀ ਲੱਕੜ ਦਾ ਜੀ ਨੁਕਸਾਨ ਨਹੀਂ ਹੋਣਾ। ਸਾਡੇ ਗੁੜ ਨੂੰ ਚਾਹ 'ਚ ਪਾ ਕੇ ਵਾਲੇ ਵੀ ਦੇ ਸਕਦੇ ਹੋ ਜੀ, ਤੁਸੀਂ ਸੱਤ ਵਾਲੇ ਦੇ ਦਿਓ, ਚਾਹ ਨਹੀਂ ਫਟੂਗੀ ਨਾ ਕੋਈ ਗਾਦ ਵਗੈਰਾ ਆਵੇ। ਇਹ ਚੀਜ਼ਾਂ ਦਾ ਅਸੀਂ ਬਹੁਤ ਧਿਆਨ ਰੱਖਦੇ ਹਾਂ ਜੀ।
ਆਪ ਕੋਡ ਤਿਆਰ ਕਰਦੇ ਆ ਜੀ ਤੁਸੀਂ ਆਮ ਕਲਾੜਾ ਤੇ ਦੇਖੋਗੇ ਯੂਪੀ ਵਾਲੀ ਲੇਬਰ ਤਿਆਰ ਕਰਦੇ ਜੀ ਕੋਡ ਜਿਹੜੇ ਸਫਾਈ ਦਾ ਧਿਆਨ ਨਹੀਂ ਕਰਦੇ ਆਹ ਖਾਣ ਨੂੰ ਬਣਾ ਕੇ देख रहे हो साडे लगे सौंफ जमैन कोके वाला गुड़ भी होता जी ड्राई फ्रूट वाला गुड़ भी होता। हाँ जी जे तुसी भी प्योर गुड़ ते शक्कर मंगवाना चाहते हो तो तुसी इन्हां नाल कॉन्टैक्ट कर सकते हो। तो उम्मीद है तुहानू वीडियो चंगी लगी होनी तो मिलांगे एक नवी वीडियो नाल। धन्यवाद जी। चाहे सत्त वाले दे दिओ चाह नहीं फटू ना कोई जात वगैरह आ गई ये चीज़ां दा असीं बहुत ध्यान रखदे हां जी देख रहे हो साडे लगे सौंफ जमैन कोके वाला गुड़ भी होता जी ड्राई फ्रूट वाला गुड़ भी होता। हाँ जी जे तुसी भी प्योर गुड़ ते शक्कर मंगवाना चाहते हो तो तुसी इन्हां नाल कॉन्टैक्ट कर सकते हो। तो उम्मीद है तुहानू वीडियो चंगी लगी होनी तो मिलांगे एक नवी वीडियो नाल। धन्यवाद जी। चाहे सत्त वाले दे दिओ चाह नहीं फटू ना कोई जात वगैरह आ गई ये चीज़ां दा असीं बहुत ध्यान रखते हैं जी आप कोड तैयार करते हैं। तुसी आम कलाड़ा ते देखोगे यूपी वाली लेबर तैयार कर दे जी कोड जिहड़े सफाई का ध्यान नहीं करते देख रहे हो साडे लगे सौंफ जमैन कोके वाला गुड़ भी होता जी ड्राई फ्रूट वाला गुड़ भी होता। हाँ जी जे तुसी भी प्योर गुड़ ते शक्कर मंगवाना चाहते हो तो तुसी इन्हां नाल कॉन्टैक्ट कर सकते हो। तो उम्मीद है तुहानू वीडियो चंगी लगी होनी तो मिलांगे एक नवी वीडियो नाल। धन्यवाद जी। गुड़ देख रहे होंगे बनता ये गुड़ पत्थर ही है सारे एक गुड़ देख रहे होंगे बनता ये गुड़ पत्थर ही है सारे एक गुड़ देख रहे होंगे बनता ये गुड़ पत्थर ही है सारे एक भी दे सकते हो जी चाहे सत्त वाले दे दो चाह नहीं फटू ना कोई जात वगैरह आ गई ये चीज़ां दा असीं बहुत ध्यान रखते हैं जी असीं आप कोड तैयार करते हैं जी तुसीं आम कलाड़ा ते देखोगे यूपी वाली लेबर तैयार कर दे जी गुड़ क्योंकि एक लाख रुपये ना होंगे देखकर कोई भी लैबोरेटरी टेस्ट करा के साडे गुड़ शक्कर दे विच मतलब किसी भी तरह का कैमिकल प्रूव कर दे असीं एक लाख रुपये इनाम देवांगे मतलब कि गुड़े शक्कर की बुकिंग कराने वास्ते सानूं कंटैक्ट कर सकते हो साडा फोन नंबर है 9648 7307।